ਇਹ ਰੋਚਕ ਪ੍ਰਯੋਗ ਗੁਰਤਾ ਕੇਂਦਰ ਸੈਂਟਰ ਆਫ ਗ੍ਰੈਵਿਟੀ 'ਤੇ ਆਧਾਰਿਤ ਹੈ। ਤੁਹਾਨੂੰ ਐਲੂਮੀਨੀਅਮ ਕੋਕ ਕੈਨ, ਕੈਂਚੀ ਅਤੇ ਭਾਰੀ ਬਾਲ ਬੇਅਰਿੰਗ ਚਾਹੀਦਾ ਹੈ। ਕੈਂਚੀ ਲੈ ਕੇ ਐਲੂਮੀਨੀਅਮ ਕੈਨ ਨੂੰ ਦੋ ਹਿੱਸਿਆਂ ਵਿੱਚ ਕੱਟੋ। ਐਲੂਮੀਨੀਅਮ ਮੁਲਾਇਮ ਹੁੰਦਾ ਹੈ, ਇਸ ਲਈ ਆਸਾਨੀ ਨਾਲ ਕੱਟ ਜਾਵੇਗਾ। ਅਸੀਂ ਨਿਚਲੇ ਹਿੱਸੇ ਦਾ ਇਸਤੇਮਾਲ ਕਰਾਂਗੇ। ਹੁਣ ਨਿਚਲੇ ਹਿੱਸੇ ਨੂੰ 45 ਡਿਗਰੀ ਦੇ ਕੋਣ 'ਤੇ ਟਿਕਾਉਣ ਦੀ ਕੋਸ਼ਿਸ਼ ਕਰੋ। ਇਹ ਟਿੱਕੇਗਾ ਨਹੀਂ, ਹਰ ਵਾਰ ਇਹ ਸਿੱਧਾ ਹੋ ਜਾਏਗਾ। ਹੁਣ ਬਾਲ ਬੇਅਰਿੰਗ ਨੂੰ ਕੈਨ ਵਿੱਚ ਪਾਓ। ਹੁਣ ਕੈਨ 45 ਡਿਗਰੀ ਕੋਣ ਉੱਤੇ ਟਿਕ ਜਾਵੇਗਾ। ਜੇ ਤੁਸੀਂ ਇਸ ਨੂੰ ਹਿਲਾਓਗੇ ਤਾਂ ਵੀ ਇਹ ਵਾਪਸ ਉਸੇ ਕੋਣ 'ਤੇ ਟਿਕ ਜਾਵੇਗਾ। ਭਾਰੀ ਬਾਲ ਬੇਅਰਿੰਗ ਕੈਨ ਨੂੰ 45 ਡਿਗਰੀ ਦੇ ਕੋਣ 'ਤੇ ਟਿਕਾ ਕੇ ਰੱਖਦਾ ਹੈ। ਇਹ ਬਹੁਤ ਰੋਚਕ ਲੱਗਦਾ ਹੈ।